ਪੰਜਾਬੀ ਇੱਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ, ਪੰਜਾਬ ਸਰਕਾਰ ਦੀ ਬਿਲਡਰਾਂ ਨੂੰ ਵੱਡੀ ਚੇਤਾਵਨੀ, ਹੁਣ ਹੋਵੇਗੀ ਵੱਡੀ ਕਾਰਵਾਈ, ਡਿਫਾਲਟਰ ਬਿਜਲੀ ਖਪਤਕਾਰਾਂ ਲਈ ਵੱਡੀ ਖੁਸ਼ਖਬਰੀ, 25 ਅਗਸਤ ਤੱਕ ਸਰਕਾਰ ਨੇ ਲਿਆ ਵੱਡਾ ਫੈਸਲਾ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਐਲਾਨ, ਕਿਹਾ 5 ਦਰਖਤ ਲਗਾਉਣ ਦੀ ਫੋਟੋ ਦਿਖਾਓ ਪਹਿਲ ਦੇ ਆਧਾਰ ਤੇ ਸੁਣੀ ਜਾਵੇਗੀ ਗੱਲ। ਪੰਜਾਬ ਹਰਿਆਣਾ ਸਮੇਤ ਦੇਸ਼ ਦੇ 23 ਰਾਜਾਂ ਵਿੱਚ ਮੀਂਹ ਦਾ ਅਲਰਟ, IMD ਨੇ ਦਿੱਤੀ ਜਾਣਕਾਰੀ। ਕਿਸਾਨਾਂ ਨਾਲ CM ਭਗਵੰਤ ਮਾਨ ਦੀ ਹੋਈ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਕੀਤੇ ਦੋ ਵੱਡੇ ਐਲਾਨ। ਸਾਬਕਾ ਉਪ ਮੁੱਖ ਮੰਤਰੀ OP ਸੋਨੀ ਨੂੰ ਅਦਾਲਤ ਦਾ ਵੱਡਾ ਝਟਕਾ, ਜਮਾਨਤ ਦੀ ਪਟੀਸ਼ਨ ਹੋਈ ਖਾਰਿਜ। ਸੁਖਬੀਰ ਸਿੰਘ ਬਾਦਲ ਦਾ ਵੱਡਾ ਦਾਅਵਾ, ਸੱਤਾ ਵਿੱਚ ਆਉਂਦਿਆਂ ਹੀ ਦਰਿਆਈ ਪਾਣੀਆਂ ਸੰਬੰਧੀ ਲਿਆ ਜਾਵੇਗਾ ਵੱਡਾ ਫੈਸਲਾ। ਸੁਖਪਾਲ ਸਿੰਘ ਖਹਿਰਾ ਦਾ CM ਭਗਵੰਤ ਮਾਨ ਤੇ ਵੱਡਾ ਹਮਲਾ, ਕਿਹਾ ਸੀਮੇ ਘਰਾਂ 'ਚ ਭਗਵੰਤ ਮਾਨ, ਹਰ ਥਾਂ ਤੇ ਤੁਹਾਡੇ ਇਸ਼ਤਿਹਾਰ ਦੇਖ ਅੱਕ ਚੁੱਕੇ ਨੇ ਲੋਕ। ਪੰਜਾਬ ਦੇ ਸੈਰ ਸਪਾਟਾ, ਨਿਵੇਸ਼, ਪ੍ਰੋਤਸਾਹਨ, ਕਿਰਤ ਤੇ ਪ੍ਰਾਹੁਣਾਚਾਰੀ ਵਿਭਾਗ ਦੇ ਮੰਤਰੀ ਅਨਮੋਲ ਗਨ ਮਾਨ ਨੇ ਕਿਹਾ ਕਿ ਬਿਲਡਰਾਂ ਨੂੰ ਮਨਮਰਜ਼ੀਆਂ ਕਰਕੇ ਆਮ ਲੋਕਾਂ ਦੀਆਂ ਜ਼ਿੰਦਗੀਆਂ ਤੇ ਕੁਦਰਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਉਹਨਾਂ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਆਮ ਲੋਕਾਂ ਦੇ ਹਿੱਤਾਂ ਤੇ ਇਮਾਨਦਾਰੀ ਤੇ ਪਹਿਰਾ ਦੇਣ ਦੀ ਵਚਨਬੱਧਤਾ ਨਾਲ ਹੋਂਦ ਵਿੱਚ ਆਈ ਹੈ, ਇਸ ਲਈ ਆਮ ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰਨਾ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਉਣ ਅਤੇ ਕੁਦਰਤੀ ਵਹਾਅ 'ਚ ਰੁਕਾਵਟ ਬਣਦੇ ਪ੍ਰੋਜੈਕਟਾਂ ਖਿਲਾਫ ਕਾਰਵਾਈ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਬਿਲਡਰ ਸ਼ਹਿਰੀਕਰਨ ਅਤੇ ਵਿਕਾਸ ਜ਼ਰੂਰ ਕਰਨ, ਪਰ ਕੁਦਰਤੀ ਸਰੋਤਾਂ ਅਤੇ ਆਮ ਜਨਤਾ ਦੇ ਸ਼ੋਸ਼ਣ ਦੀ ਕੀਮਤ ਤੇ ਨਹੀਂ। ਉਹਨਾਂ ਨੇ ਕਿਹਾ ਕਿ ਹਾਲ ਹੀ ਵਿੱਚ ਪਈਆਂ ਭਾਰੀ ਬਾਰਿਸ਼ਾਂ ਤੇ ਹੜ੍ਹਾਂ ਨੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਬਹੁਤ ਸਾਰੇ ਕੁਦਰਤੀ ਵਹਾਅ ਸ਼ਹਿਰੀਕਰਨ ਦੀ ਮਾਰ ਹੇਠ ਆਏ ਹੋਣ ਕਾਰਨ ਅਤੇ ਬਿਲਡਰਾਂ ਵੱਲੋਂ ਪਾਣੀ ਦੀ ਨਿਕਾਸੀ ਦੇ ਉਚਿਤ ਪ੍ਰਬੰਧ ਨਾ ਕੀਤੇ ਜਾਣ ਕਾਰਨ ਆਮ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ 'ਚ ਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ। OTC ਸਕੀਮ ਅਧੀਨ ਡਿਫਾਲਟਰ ਬਿਜਲੀ ਖਪਤਕਾਰ 25 ਅਗਸਤ ਤੱਕ ਆਪਣੇ ਖਾਤਿਆਂ ਨੂੰ ਸੈਟਲ ਕਰਕੇ ਆਪਣੇ ਬਿਜਲੀ ਕਨੈਕਸ਼ਨਾਂ ਨੂੰ ਬਹਾਲ ਕਰਵਾਉਂਦੇ ਹੋਏ ਫਿਰ ਤੋਂ ਜੁੜਵਾ ਸਕਦੇ ਹਨ। ਐਗਰੀਕਲਚਰ, ਪਾਵਰ ਨੂੰ ਛੱਡ ਕੇ ਇੰਡਸਟਰੀ, ਘਰੇਲੂ, ਕਮਰਸ਼ੀਅਲ ਸਮੇਤ ਸਾਰੀਆਂ ਕੈਟਾਗਰੀਆਂ ਦੇ ਖਪਤਕਾਰ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ। ਪਾਵਰਕੌਮ ਦੇ CMD ਨੇ ਦੱਸਿਆ ਕਿ ਬਿਜਲੀ ਖਪਤਕਾਰਾਂ ਨੂੰ ਵਿਆਜ ਸਰਚਾਰਜ, ਲੇਟ ਫੀਸ ਆਦਿ ਵਿੱਚ ਭਾਰੀ ਛੋਟ ਦਿੱਤੀ ਗਈ ਹੈ ਤਾਂ ਕਿ ਖਪਤਕਾਰ ਆਪਣਾ ਕਨੈਕਸ਼ਨ ਮੁੜ ਚਾਲੂ ਕਰਵਾ ਸਕਣ। ਉਹਨਾਂ ਨੇ ਦੱਸਿਆ ਕਿ ਖਪਤਕਾਰ 4 ਕਿਸ਼ਤਾਂ ਵਿੱਚ ਰਕਮ ਦੀ ਅਦਾਇਗੀ ਕਰ ਸਕਦੇ ਹਨ। ਸਰਾਂ ਨੇ ਦੱਸਿਆ ਕਿ ਖਪਤਕਾਰ ਡਿਫਾਲਟਰ ਰਕਮ ਦਾ 25% ਭੁਗਤਾਨ ਕਰਕੇ ਆਪਣੇ ਬਿਜਲੀ ਕਨੈਕਸ਼ਨ ਜੁੜਵਾ ਸਕਣਗੇ। ਵਿਭਾਗੀ ਨਿਯਮਾਂ ਮੁਤਾਬਿਕ ਡਿਫਾਲਟਰ ਖਪਤਕਾਰਾਂ ਨੂੰ 18% ਵਿਆਜ ਅਦਾ ਕਰਨਾ ਪੈਂਦਾ ਹੈ, ਜਦੋਂ ਕਿ OTC ਸਕੀਮ ਤਹਿਤ 9% ਵਿਆਜ ਅਦਾ ਕਰਨਾ ਪਵੇਗਾ, ਜਦੋਂ ਕਿ 9% ਦੀ ਛੋਟ ਰਹੇਗੀ। ਅਤੇ ਵੱਖ ਵੱਖ ਕਾਰਨ ਕਰਕੇ ਜਿਹੜੇ ਖਪਤਕਾਰਾਂ ਦੇ ਕਨੈਕਸ਼ਨ ਉਤਾਰਿਆਂ 6 ਮਹੀਨੇ ਤੋਂ ਘੱਟ ਸਮਾਂ ਹੋਇਆ ਹੈ, ਉਹਨਾਂ ਕੋਲੋਂ ਫਿਕਸ ਚਾਰਜਸ ਦੀ ਵਸੂਲੀ ਨਹੀਂ ਕੀਤੀ ਜਾਵੇਗੀ। ਇਸ ਸਕੀਮ ਤਹਿਤ ਸਾਲ ਪਹਿਲਾਂ ਕੱਟੇ ਗਏ ਕਨੈਕਸ਼ਨਾਂ ਤੋਂ ਸਿਰਫ 6 ਮਹੀਨੇ ਦੇ ਫਿਕਸ ਚਾਰਜਸ ਵਸੂਲੇ ਜਾਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੱਡਾ ਐਲਾਨ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਅਨੋਖੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਸੁਝਾਅ ਅਤੇ ਸਿਫਾਰਿਸ਼ ਲੈ ਕੇ ਆਉਣ ਵਾਲੇ ਲੋਕ ਖੇਤ ਜਾਂ ਕਿਸੇ ਹੋਰ ਥਾਂ 'ਤੇ 5 ਦਰਖਤ ਲਗਾਉਣ ਦੀ ਫੋਟੋ ਮੋਬਾਈਲ ਵਿੱਚ ਖਿੱਚ ਕੇ ਲਿਆ ਕੇ ਦਿਖਾਓ, ਉਹਨਾਂ ਦੀ ਗੱਲ ਪਹਿਲ ਦੇ ਆਧਾਰ 'ਤੇ ਸੁਣੀ ਜਾਵੇਗੀ। ਉਹਨਾਂ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਹਰਿਆਲੀ ਦਾ ਫੀਸਦੀ ਵਧਾਉਣ ਵਿੱਚ ਮਦਦ ਮਿਲੇਗੀ, ਜਿਸਦਾ ਪ੍ਰਤੱਖ ਅਤੇ ਅਪ੍ਰਤੱਖ ਰੂਪ ਨਾਲ ਸੂਬੇ ਦੇ ਸਾਰੇ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਮੌਕੇ ਉਹਨਾਂ ਨੇ ਆਗਾਮੀ ਪੰਚਾਇਤਾਂ ਚੋਣਾਂ ਨੂੰ ਦੇਖਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਵਿਧਾਨ ਸਭਾ ਹਲਕਾ ਕੋਟਕਪੁਰਾ ਦੀਆਂ ਜ਼ਿਆਦਾਤਰ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾਣ। ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਉਹ 5 ਲੱਖ ਰੁਪਏ ਦੀ ਸਕੀਮ ਜਾਰੀ ਕਰਨਗੇ। ਨਵੀਂ ਦਿੱਲੀ NCR ਵਿੱਚ ਸਵੇਰੇ ਹੋਈ ਬਾਰਿਸ਼ ਕਾਰਨ ਮੌਸਮ ਕਾਫੀ ਹੱਦ ਤੱਕ ਸੁਹਾਵਣਾ ਹੋ ਗਿਆ ਹੈ। ਲੋਕਾਂ ਨੂੰ ਹੁਮਸ ਭਰੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 35°C ਤੱਕ ਰਹਿਣ ਦੀ ਸੰਭਾਵਨਾ ਹੈ। IMD ਨੇ ਅੱਜ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਾਮ, ਤ੍ਰਿਪੁਰਾ, ਉੜੀਸਾ, ਉੱਤਰਾਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਵੱਖ ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। IMD ਦੇ ਮੌਸਮ ਬੁਲੇਟਿਨ ਅਨੁਸਾਰ ਉਪ ਹਿਮਾਲੀਅਨ, ਪੱਛਮੀ ਬੰਗਾਲ, ਸਿੱਕਮ, ਬਿਹਾਰ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮੱਧ ਮਹਾਰਾਸ਼ਟਰ ਅਤੇ ਕਰਨਾਟਕਾ ਵਿੱਚ ਵੱਖ ਵੱਖ ਥਾਵਾਂ 'ਤੇ ਬਿਜਲੀ ਡਿੱਗਣ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨ ਜਥੇਬੰਦੀਆਂ ਦੇ ਵਫਦ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਕਿਸਾਨ ਮੰਗਾਂ ਮੰਨਣ 'ਤੇ ਮੁੱਖ ਮੰਤਰੀ ਵੱਲੋਂ ਸਹਿਮਤੀ ਪ੍ਰਗਟਾਈ ਗਈ ਹੈ। ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਵੀ ਲਏ ਗਏ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਦਿੱਲੀ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਵਾਰਸਾਂ ਨੂੰ 31 ਅਗਸਤ ਤੱਕ ਨੌਕਰੀਆਂ ਦੇਣ ਦਾ ਭਰੋਸਾ ਦਿੱਤਾ ਹੈ। ਆਗੂਆਂ ਨੇ ਦੱਸਿਆ ਕਿ ਵਫਦ ਦੇ ਹੜ੍ਹ ਪੀੜਤਾਂ ਲਈ 50,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਰੱਖੀ ਗਈ ਹੈ, ਜਿਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਸ਼ਰਤਾਂ ਵਿੱਚ ਛੋੜ ਦਿੰਦੀ ਹੈ ਤਾਂ ਸੂਬਾ ਸਰਕਾਰ ਮੁਆਵਜ਼ਾ ਰਾਸ਼ੀ 15,000 ਤੋਂ ਵਧਾ ਕੇ 20,000 ਰੁਪਏ ਪ੍ਰਤੀ ਏਕੜ ਕਰ ਸਕਦੀ ਹੈ। ਪੰਜਾਬ ਵਿੱਚ ਵਿਜੀਲੈਂਸ ਬਿਊਰੋ ਦੀ ਜਾਂਚ 'ਤੇ ਦਰਜ ਕੀਤੀ FIR ਦਾ
सामना कर रहे सबका मुख्यमंत्री ओम प्रकाश सोनी की जमानत पटीशन वधीक सैशन जज ने खारिज कर दी है। सोनी पिछले समय तो न्यायिक हिरासत में हैं ते गिरफ्तारी तो बाद पहले दिन तो ही वो लगातार बीमारी नाल जूझ रहे सन। उन्होंने बीमारी के कारणों लेके मेडिकल आधार से सैशन कोर्ट में उन्हों की जमानत पटीशन दायर की गई सी जिसनों की अदालत ने खारिज कर दिता है। श्रोमणी अकाली दल सत्ता में आंदा ही दरियाई पानिया संबंधी सारे पुराने समझौतों को रद्द करेगा क्योंकि रिपेरियन कानून मुताबिक दरियावां के पानिया से उस राज का हक ही हुंदा है जिथों वह लंघते हो। श्रोमणी अकाली दल के प्रधान सुखबीर सिंह बादल ने इत्थे संयुक्त अकाली दल के सीनियर आगू गुरचरण सिंह चन्नी नूं मुड़ श्रोमणी अकाली दल च शामिल करन उपरंत पत्रकार नाल गलबात करदिआं कीती है। सुखबीर बादल ने कहा कि हड़ां उत्ते पंजाब डुब जांदा है ते उदों कोई भी सूबा पंजाब की मदद ते नहीं आउंदा पर जदों हालात सधारण हुंदे हन तां दूजे सूबे पाणी मंगण लई आ जांदे हन। उन्हां कहा कि पहलां जिन्ने भी दरियाए पानिया संबंधी समझौते हुए हैं वह पंजाब नाल अन्याय हैं। पंजाब के मुख्यमंत्री भगवंत मान ते किसी वेले उन्होंने साथी रहे सुखपाल खहरा की टसल नूं कौन नहीं जानता। अजिहा कोई दिन नहीं होगा जो सुखपाल सिंह खहरा वालों मुख्यमंत्री उत्ते कोई इल्जाम जां तंज ना कसया जाता हो। सुखपाल खहरा वालों नवी वीडियो सांझी करके मुख्यमंत्री उत्ते टिप्पणी की गई है। इस बाबत तो सुखपाल खहरा ने ट्वीट करदिआं कहा कि भगवंत मान तुसीं खुद ही देखो सिनेमे हालां समेत हर जगह अनचाहे इश्तहार दे के लोग किन्ने अक चुके हैं। जेकर तुसी प्रचार ते बर्बाद होए इस 750 करोड़ रुपए नूं बचाउंदे हो तां सरकार तबाही मचाउण वाले 100 तों वध थावां ते टुटण वाले दरियाई बन्नां नूं मजबूत करके हड़ां नूं रोक सकदी सी। जिक्र करदे कि जदों तों आम आदमी पार्टी ने पंजाब की सत्ता संभाली है उदों तों ही विरोधियों के निशाने उत्ते है। विरोधी धिरां वल्लों खास तौर उत्ते सरकार वल्लों इश्तहारां उत्ते खर्चे जांदे करोड़ां दा जिक्र कीता जांदा है। हुण वी सुखपाल खहरा वल्लों कहा गया है कि इश्तहार उत्ते खर्च किए करोड़ों लोगों की भलाई भी चलाए जा सकते सी। जिहड़े 23-24 मेले असी बड़े वड्डे पद्धर उत्ते अपग्रेड करके पंजाब दे विच जिहड़े अगले साल पूरा पंजाब इहदा मेले वाली धरती कर देवांगे पूरी उहदी तैयारी चल रही है कल्चर विभाग वालों ते बाकी लोगों का सहयोग चाहिए। जिहड़े जिन्हें भी मेले त्यौहार मनाउंदे हो इहनूं पुराने तरीके नाल मनाया करो चाहे दिवाली है चाहे लोहड़ी है चाहे तीयां ने। हुनर की घाट नहीं है क्योंकि जो बोली आप पाने ना तो अंदरों जी एक भावनावान बहर आदियां ने वो जी अंदरली खुशी पैदा होंगी है स्ट्रैस दूर हों जी जगह की वाइब्रेशन वादी है बरकत वादी उस जगह के तो बड़ा फर्क पैदा। तो एक बार फिर मैं सारे जड़िया बहुत बहुत मुबारक मैं दी देखो इतिहासिक थावान सारियां करन ते लगे हुए हैं सारा कुछ नबेड़ांगे। आने वाले अगले महीने की 11-12-13 तरीक नूं असी टूरिज़म समिट करवा रहे हैं जिहदे च असी अगे हुण रोड शोज भी करांगे पूरे देश विच ते मैं विदेशों तो भी जिहड़े मेरे NRI वीर इनवैसट करना चाहुंदे आ पंजाब च बड़ी पोटेंशियल इस टाइम पंजाब की टूरिज़म अप लैके जावांगे क्योंकि जे टूरिज़म अप हो गया उहदे नाल ही पूरी इकोनमी माहौल बिजनेस सारा कुछ अप हो जाना। टूरिज्म बड़ा वड्डा रोल प्ले करता जी जिस महकमे नूं बड़े लंबे समय तो इग्नोर किया जा रहा सी। हफ्ते दे तीन तीन चार चार मीटिंगां मैं करदी हां ताकि वो पुराना जिहड़ा सिस्टम है सारा बदल के एक नवे तरीके नाल जिहड़ा पंजाब दा कल्चर है हैरीटेज है पंजाब दी वन सुवन्नता इत्थों दे खाणियां तो लैके पहरावे तो लैके गीतां तो लैके इत्थों दी हिस्टरी तो लैके दुनिया नूं दसी जावे भी ये दुनिया जिहड़ी ये धरती ते पंजाब नाम दी जगह दी की कीमत इत्थे कहो जे लोक होए ने हॉस्पिटैलिटी वाली हैरीटेज वाली जगह है। सो विश्वास रखियो भी साल 1.5 साल तक जिहड़ा टूरिज़म दा लैवल है पंजाब दा बहुत अप लै जाए। हमने पंजाब में अब तक 31,910 लड़के लड़कियों को सरकारी नियुक्ति पत्र दे दिए हैं नौकरियां दे चुके हैं और प्राइवेट सेक्टर में लाखों की गिनती में लड़के लड़कियों को रोजगार मिल रहा है। पंजाब में रोजगार की गारंटी हमने पूरी कर दी और उस पर लगे हुए हैं। पंजाब में जुलाई महीने से एक साल के बाद अभी अगस्त आ गया एक साल हो गया है एक साल एक महीना हो गया पंजाब में लगभग 90% घरों को बिजली का बिल जीरो आता है। पंजाब से बहुत से मेरे भाई बैठे हैं पंजाब मेरे रिश्तेदारियां हैं दोस्त मित्र हैं आप बता दीजिएगा इनको कि कितने बिल आते हैं। ये बिजली की गारंटी हमने पूरी कर दी और सबसे बड़ी बात यह है बिजली
24 घंटे आती भी है और आती भी बिल्कुल मुफ्त है। शिक्षा की गारंटी इसमें है। स्कूल ऑफ एमिनेंस बना रहे हैं, स्कूलों का काया पलट हो रहा है। पिछली बार से इस बार 2.5 लाख बच्चा सरकारी स्कूल में ज्यादा आया भाई साहब। अभी एक साल हुआ हमारा, मार्च में हमने जो है शपथ ली थी, मार्च में ही स्कूल जो है उसका सिलेबस खत्म होता है, नया जो शुरू होता है सेमेस्टर। एक साल में 2.5 लाख बच्चा आ गया हमारे पास ज्यादा। और हमारे सरकारी स्कूल के प्रिंसिपल जो है तीसरा बैच गया हुआ है अभी 72 प्रिंसिपलों का सिंगापुर में ट्रेनिंग लेने के लिए, फिनलैंड में ट्रेनिंग लेने के लिए, IIM अहमदाबाद में गए हुए हैं। हमारे बच्चे जो है सरकारी स्कूलों के, चंद्रयान जब अभी श्री हरिकोटा से छोड़ा गया, हमारे पहली बार हुआ कि हमारी स्टेट के 50 सरकारी स्कूलों के बच्चे उसको लाइव देखने गए थे, वहां भेजे थे हमने। 12,710 टीचरों को तिगनी 3 गुना लगभग उनकी तनख्वाहें करके उनको पक्के किया है। 58 साल की रिटायरमेंट भी होगी, 58 साल पे रिटायर होंगे, सभी छुट्टियां उनको मिलेंगी। महिलाओं के लिए जो बच्चा जब पैदा होता है तब छुट्टी लेते हैं 2 महीने की, कुदरत जो है वो उसका नियम है, वो भी उनको मिलेगी। पहले नहीं मिलती थी वो छुट्टियां। तो मतलब वो भी तो इंसान है ना, और हमारे देश के ही लोग हैं वो, क्या कच्चे पक्के। ये नेता कच्चे पक्के क्यों नहीं होते, ये तो पक्के पक्के ही होते हैं बस। टीचर कच्चे पक्के होते, ये अपनी गद्दियों पर पक्के पक्के बस, और उसके बाद इनके बच्चे पक्के पक्के। 660 मोहल्ला क्लिनिक, आम आदमी क्लिनिक खुल गए जी एक साल में, क्योंकि दिल्ली ने तजर्बा किया हुआ था ये। हालांकि उनको बहुत टाइम लगा 600 तक जाने में, दो साल लगे थे, लेकिन हमें इनका तजर्बा इस्तेमाल किया हमने, तो हमने कुछ महीनों में ही पिछली 15 अगस्त को, इस 15 अगस्त को हमने 76वां आजादी दिहाड़ा मनाया, 76 आम आदमी क्लिनिक और चलाए हैं, और उसमें 40 किस्म के टेस्ट हैं और 90 किस्म की दवाइयां वहीं मिलती हैं। अब तक 45 लाख से ज्यादा लोग आम आदमी क्लिनिक में आके ठीक होके घर चले जाते हैं वापस। भाई नशे ते लगाओ सुना के ये कोई शक नहीं कि ये बहुत बड़ा ऑर्गेनिक होता है। देखो जो कैंसर होता है ना जी, कैंसर एक दिन के बीच मतलब बड़े करके खत्म नहीं हो सकता। वो नशे नु किवें जड़ों खत्म किया जा सके उहदे उपर बड़ी जल्दी ही एक प्लान लॉन्च होगा। वो मैं ये भी बेनती करो, कल मानसा या कल मंत्री या कल सरकार या पुलिस इन उपर कंट्रोल नहीं कर सकती, इसलिए कल कल पंजाबी का साथ चाहिए होगा। जेड़े कोई नशियां दे विच बेचारे नौजवान पै चुके के उन्होंने सही राह पर लियाना पेगा, नशे छुड़ाने पैणगे। जेड़े वेचते ने ये ड्रग डीलर बने हुए ने लगी अठे करो एक जगह छो मुके फिर कोई ना कोई आसे पास छोबर प्रोपर वेल प्लैंड स्ट्रैटेजी तहत सरकार काम कर रही है। तो यदा जो भी ये उपर काम शुरू होगा तो इस हिसाब ना होगा कि परमानेंट पक्का हल जरा बारा पुछो तो करा। प्रशासनिक अधिकारी जोड़े वधिया काम कर रहे हैं उन्होंने लैके की कहोगे, जिमें नशा उरे काफ़ी कुछ दिन घटे जी, DSP का SHO साहब की कारगुजारी वधी है, उन्होंने लैके मतलब जिमें पंजाब चाहिए हूँ उन्होंने लैके। देखो इस तरह कि यह अपनी सारे की जिम्मेवारी बनती है, पुलिस की खास तौर पर नो डाउट जे पहला पिछले समय थोड़ी दिक्कत आई थी, पर हुण जिहड़ी लोकल पुलिस की चाहे नशे प्रति या चोरी जी हो रही वास्ते, मैं समझता कि शहरों काफ़ी सैटिस्फाइड है, बड़ा खुश है, क्योंकि यह जे माड़े अंसर ने उन्होंने उपर बड़ी सख्ती लत जी पा चुके। देखो एटीट्यूड ये उत्तों लैके थले तक यही एटीट्यूड है, ये गल एक दी नहीं, बट तुसी जो मैसेज करना है, जो कल मुख्यमंत्री फोटो एक गीत तो सुनी लिया तुसी फोटो खिंच मेरी हालात है, जी हर जगह लोग हड़ा नाल प्रभावित है, घर छड़ने पै रहे हैं, तो तुम फोटो अपरचुनिटी ली जा रहे हो। अगे तुम एक दिन गए सी
ਉਹ ਆਪਣੇ ਜਿਹੜੇ ਰਾਜ ਸਭਾ ਦੇ ਬਾਬੇ ਆਪਣੇ ਬਣੇ ਰਾਜ ਸਭਾ ਦੇ ਮੈਂਬਰ ਸੀ ਕੇ ਆਲ ਸਾਹਿਬ ਉਹ ਕਿਸ਼ਤੀ ਡੁੱਬ ਚੱਲੀ ਗੋ ਪਲਟ ਚੱਲੀ ਸੀ ਕੱਲ੍ਹ ਵੀ ਕਿਸ਼ਤੀ 'ਤੇ ਸਵਾਰ ਹੋ ਗਏ ਕਿਸ਼ਤੀ 'ਚ ਚੜ੍ਹ ਕੇ ਕਰਦੇ ਕੀ ਹੈ ਮੱਛੀ ਫੜਦੇ ਹੈ ਕਿ ਕਰਦੇ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਕਿਤੇ ਉਹ ਹੁੰਦਾ ਕਿ 2-in-1 ਹੋ ਜਾਏ ਸ਼ਾਮ ਨੂੰ ਪੈਗ ਤਾਂ ਲਾਉਣਾ ਨਾਲੇ ਮੱਛੀ ਫੜ ਲਾਂਗੇ ਮਤਲਬ ਕੀ ਚੱਕਰ ਕੀ ਕਰਦੇ ਫਿਰਦੇ ਮੇਰਾ ਤਾਂ ਤੁਹਾਨੂੰ ਨਹੀਂ ਸਮਝ ਆਉਂਦੀ ਕਿ ਵੇਖਦੇ ਕੀ ਆ ਭਾਈ ਅੱਗੇ ਜਾ ਕੇ ਉਦੋਂ ਹੀ ਫਿਰ ਘੁਮਾ ਕੇ ਆ ਜਾਂਦੇ ਹੋ ਵਾਪਸ ਹੁਣ ਵੇਖੋ ਉਹ ਜਿਹੜਾ ਇਹਨਾਂ ਮੁੱਖ ਮੰਤਰੀ ਸਾਹਿਬ ਹੈ ਉਹ ਵਿਚਾਰਾ ਪਿੱਛੋਂ ਜਿੰਪਾ ਉਹਦਾ ਇਲਾਕਾ ਰੌਲਾ ਪਾਉਂਦਾ ਆਪਾਂ ਅੱਗੇ ਜਾਣਾ ਲੋਕ ਉਡੀਕ ਅੱਗੇ ਜਾਣਾ ਇਹੋ ਜਿਹੀ ਗੱਲ ਕਰਦਾ ਨਾ ਕਿ ਲੋਕ ਵੇਟ ਕਰਦੇ ਲੋਕ ਵੇਟ ਕਰਦੇ ਉਹਨੂੰ ਤਾਂ ਉੱਡ ਉੱਡ ਪੈਂਦਾ ਆ ਵਿਖਾਈ ਵੀਡੀਓ ਅਤੇ ਕਟਾਰੂ ਚੱਕ ਨਾਲ ਤੂੰ ਪਿਆਰ ਕਰਦਾ ਮਤਲਬ ਇਹ ਕਿਹੜਾ ਤਰੀਕਾ ਹੋਇਆ ਆ ਵੇਖੋ ਆ ਗੱਲ ਪੈਣ ਤੋਂ ਆ ਗੱਲ ਪੈਣ ਤੋਂ ਪਹਿਲਾਂ ਦੀ ਫੋਟੋ ਆ ਗੱਲ ਪੈਣ ਤੋਂ ਪਹਿਲਾਂ ਦੀ ਫੋਟੋ ਇਹ ਗੱਲ ਪੈਣ ਤੋਂ ਮਗਰੋਂ ਦੀ ਫੋਟੋ ਦੱਸੋ ਕਟਾਰੂ ਚੱਕ ਕੀ ਕੁਛ ਨਹੀਂ ਕਰ ਗਿਆ ਭਾਈ ਉਹਦੇ ਤਾਂ ਗੱਲ ਪੈਂਦਾ ਨਹੀਂ ਉਹਦੇ ਨਾਲ ਤੁਸੀਂ ਪਿਆਰ ਕਰਦੇ ਕਹਿਣਾ ਤਾਂ ਨਹੀਂ ਚਾਹੀਦਾ ਮਤਲਬ ਕੀ ਬਣੋ ਜਿਹੜਾ ਲੋਕਾਂ ਦੀ ਗੱਲ ਕਰੇ ਮੈਂ ਤਾਂ ਅੱਜ ਆਪਦੇ ਨਾਲ ਆਪਦੀਆਂ ਸਿੰਪਤੀਆਂ ਪ੍ਰਗਟਾਈਆਂ ਬ੍ਰਹਮ ਸ਼ੰਕਰ ਜਿੰਪਾ ਜੀ ਨਾਲ ਉਹਦੀ ਵੀ ਵਿਚਾਰੇ ਦੀ ਮਜਬੂਰੀ ਮੈਨੂੰ ਜਵਾਬ ਦੇ ਰਿਹਾ ਕਿੰਨੀ ਸਾਡੇ ਵੱਡੇ ਆ ਉਹ ਮੈਨੂੰ ਪਤਾ ਭਰਾ ਤੇਰੇ ਵੱਡੇ ਆ ਜੇ ਤੂੰ ਕੁਝ ਮੇਰੇ ਹੱਕ ਦੀ ਗੱਲ ਕਰੇਗਾ ਤਾਂ ਫਿਰ ਤੈਨੂੰ ਵਜ਼ੀਰੀ ਤੋਂ ਲਾ ਦੂੰ ਹੁਣ ਕਟਾਰੂ ਚੱਕ ਨੂੰ ਤਾਂ ਲਾਉਂਦਾ ਨਹੀਂ ਮਗਰ ਤੈਨੂੰ ਲਾ ਦੂੰ ਇਸ ਲਈ ਮੇਰੀ ਤਾਂ ਜਿੰਪਾ ਜੀ ਨੂੰ ਬੇਨਤੀ ਹੈ ਕਿ ਭਾਈ ਤੁਸੀਂ CM ਸਾਹਿਬ ਨੂੰ ਜਿਵੇਂ ਕਟਾਰੂ ਚੱਕ ਨਾਲ ਉਹਨਾਂ ਦਾ ਬਲਾਇੰਡ ਲਵ ਹੈ ਉਹਨਾਂ ਦਾ ਆਪਸ 'ਚ ਤੁਸੀਂ ਵੀ ਲਵ ਵਿੱਚ ਬਲਾਇੰਡ ਹੀ ਰੱਖੋ ਨਾ ਚੱਕਰ 'ਚ ਪਾਓ ਉਹਨੂੰ ਸਮਝਾਉਣ ਦੇ ਆਪ ਹੀ ਸਮਝੋ ਜਿਵੇਂ ਲੋਕ ਸਮਝ ਗਏ ਨਾ ਆਪਣੇ ਮਨ ਨੂੰ ਸਮਝਾ ਲਿਆ ਕਿ ਭਾਈ ਇਹ ਤਾਂ ਭਾਣਾ ਵਾਪਰ ਗਿਆ ਹੁਣ ਜਿਹੜੀਆਂ ਵੋਟਾਂ ਪੈ ਗਈਆਂ ਹੁਣ ਇਹਨਾਂ ਤੋਂ ਕੋਈ ਆਸ ਨਾ ਰੱਖੋ ਹਾਲਾਤ ਬਣੇ ਤੇ ਮਤਲਬ ਫਲੱਡ ਵਿਕਟਮਸ ਆ ਸਫਰਿੰਗ ਤੁਸੀਂ ਕੱਲ੍ਹ ਮੈਂ ਇੱਕ ਬਿਆਨ ਪੜ ਰਿਹਾ ਸੀ ਕਹਿੰਦਾ ਮੇਰਾ ਹੈਲੀਕਾਪਟਰ ਰੈਲੀਟੀਲੀ ਅਵੇਲੇਬਲ ਹੈ ਭਾਈ ਉਹ ਹੈਲੀਕਾਪਟਰ 'ਚ ਤਾਂ ਬਹਿੰਦੀ ਚਾਰ ਬੰਦੇ ਅਤੇ ਡੁੱਬ ਤਾਂ ਕਿੱਥੇ ਬਾਕੀ ਕਿੱਥੇ ਲਮਕਾ ਦੇਣੇ ਤੂੰ ਆਪ ਤੁਸੀਂ ਪਹੁੰਚਦੇ ਨਹੀਂ ਬੰਨ ਲੋਕ ਆਪ ਬੰਨ ਰਹੇ ਕੱਲ੍ਹ ਗੁਰਦਾਸਪੁਰੀਆਂ ਨੂੰ ਮੈਂ ਇੱਕ ਗੱਲ ਦੀ ਵਧਾਈ ਦੇਣਾ ਚਾਹੁੰਦਾ ਉਹਨਾਂ ਨੇ ਜਦ ਆਪ ਬੰਨ ਲੋਕਾਂ ਨੇ ਬੰਨਣੇ ਸ਼ੁਰੂ ਕੀਤੇ ਨਾਲ ਹੀ ਚੜ੍ਹਾਉਣਾ ਸ਼ੁਰੂ ਕਰਤਾ ਵਟਸਐਪ 'ਤੇ ਕਿ ਮੁੱਖ ਮੰਤਰੀ ਜਾਂ ਇਹਨਾਂ ਦਾ ਮੰਤਰੀ ਕੋਈ ਆਪ ਆ ਕੇ ਫੋਟੋ ਲਵਾ ਜੇ ਕਿ ਤੁਸੀਂ ਬਹੁਤ ਕੰਮ ਕਰ ਰਹੇ ਹੋ ਪਹਿਲਾਂ ਹੀ ਸਮਝ ਗਏ ਕਿ ਹੋਣੀ ਕੀ ਹੈ ਸਾਡੇ ਨਾਲ